ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੁਰੂ ਨਾਨਕ ਸੋਲਰ ਔਰ ਅੱਜ ਦੀ ਤੁਹਾਨੂੰ ਇੱਕ ਸਾਈਟ ਦਿਖਾਉਣ ਜਾ ਰਹੇ ਆ ਇਹ ਵੀ ਕਾਫੀ ਹਾਈਟ ਦੇ ਵਿੱਚ ਸਟਰਕਚਰ ਹੈ ਤੁਸੀਂ ਦੇਖ ਰਹੇ ਹੋ ਲੱਗਾ ਹੋਇਆ ਸਟਰਕਚਰ ਦੀ ਵੀਡੀਓ ਨਹੀਂ ਮੈਂ ਦਿਖਾ ਰਿਹਾ ਇਹਦੇ ਵਿੱਚ ਕਿ ਸਟਰਕਚਰ ਲਗਾਉਣ ਦੀ ਕਿਉਂਕਿ ਸਟਰਕਚਰ ਲਗਾਉਣ ਦੀ ਅਗਰ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਜਾਂ ਜਾਨਣਾ ਚਾਹੁੰਦੇ ਹੋ ਕਿ ਸਟਰਕਚਰ ਕਿੱਦਾਂ ਲੱਗਦਾ ਉਹ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਥੇ ਲੱਗ ਰਿਹਾ ਵਾਰੀ ਦਾ ਮੋਨੋਪਰਕ 390 ਵਟ ਦਾ ਪੈਨਲ हां जी ਇਹ ਸਾਈਡ ਹੈਗੀ ਆ ਮੋਨੋਪਰਕ ਦੀ ਔਰ ਮੋਨੋਪਰਕ ਤੇ ਜਿਹੜਾ ਵਾਰੀ ਦਾ ਏ ਕਲਾਸ ਦਾ ਪੈਨਲ ਲੱਗ ਰਿਹਾ ਜੀ ਤੁਸੀਂ ਸਾਡੀਆਂ ਸਾਰੀਆਂ ਵੀਡੀਓਜ਼ ਦੇ ਵਿੱਚ ਵੇਖਿਆ ਹੋਵੇਗਾ ਕਿ ਅਸੀਂ ਜਿੰਨੇ ਵੀ ਪੈਨਲ ਯੂਜ਼ ਕਰਦੇ ਹਾਂ ਸਾਰਾ ਏ ਕਲਾਸ ਹੀ ਯੂਜ਼ ਕਰਦੇ ਹਾਂ ਔਰ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਸਾਡੇ ਵੱਲੋਂ ਅਸੀਂ ਕਸਟਮਰ ਨਾਲ ਸੈਟੀਸਫਾਈਡ ਗੱਲ ਕਰਦੇ ਹਾਂ ਕਿ ਅਸੀਂ ਏ ਕਲਾਸ ਹੀ ਕੰਮ ਕਰਦੇ ਹਾਂ ਪ੍ਰਾਈਸ 'ਚ ਜਰੂਰ ਥੋੜਾ ਸਾ ਡਿਫਰੈਂਸ ਹੋ ਸਕਦਾ ਕਿਸੇ ਨਾਲੋਂ ਸਾਡਾ ਜ਼ਿਆਦਾ ਜ਼ਰੂਰ ਲੱਗੇਗਾ ਕਸਟਮਰ ਨੂੰ ਪਰ ਕਮ ਵਾਈਜ਼ ਜੇ ਤੁਸੀਂ ਮਟੀਰੀਅਲ ਵਾਈਜ਼ ਦੀ ਗੱਲ ਕਰੋਗੇ ਤੇ ਉਹ ਉਹਦੇ ਅਕੋਰਡਿੰਗ ਸਾਡਾ ਪ੍ਰਾਈਸ ਹੁੰਦਾ ਹੈ ਕਿਉਂਕਿ ਬਹੁਤ ਸਾਰਾ ਮਾਰਕੀਟ ਦੇ ਵਿੱਚ ਪ੍ਰਾਈਸ ਦਾ ਬਹੁਤ ਵੇਰੀਐਂਟ ਹੈਗਾ ਪਰ ਆਪਾਂ ਪ੍ਰਾਈਸ ਨਾਲ ਨਹੀਂ ਚੱਲਦੇ ਆਪਾਂ ਕੁਆਲਿਟੀ ਨਾਲ ਚੱਲਦੇ ਆਂ ਔਰ ਇਹ ਤੁਸੀਂ ਦੇਖ ਰਹੇ ਹੋ ਏਸੀਡੀ ਵੀ ਲੱਗਾ ਹੋਇਆ ਕਿਉਂਕਿ ਫਸਟ ਡੇ ਦੇ ਵਿੱਚ ਆਪਾਂ ਸਟਰਕਚਰ ਕਰਕੇ ਔਰ ਇਨਵਰਟਰ ਮਾਊਂਟ ਕਰਤਾ ਸੀਗਾ ਟਾਈਮ ਦੇ ਅਕੋਰਡਿੰਗ ਜਿੰਦਾ ਟਾਈਮ ਮਿਲਦਾ ਹੈ ਉਸ ਨੂੰ ਇੰਸਟਾਲ ਕਰੀ ਜਾਇਦਾ ਕਿਉਂਕਿ ਟਾਈਮ ਮਸਟ ਹੁੰਦਾ ਹੈ ਕੰਮ ਕਰ ਲੱਗਿਆ ਕਿ ਜਿਹੜੀ ਚੀਜ਼ ਦੀ ਸ਼ਡਿਊਲ ਵਾਈਜ਼ ਹੋਈ ਜਾਏ ਨੈਕਸਟ ਕੰਮ ਹੋਈ ਜਾਂਦਾ ਕਿਉਂਕਿ ਸਟਰਕਚਰ ਕਾਫੀ ਹਾਈਟ ਚ ਹੋਣ ਕਰਕੇ 2 ਦਿਨ ਆਲਰੇਡੀ ਸਟਰਕਚਰ ਲੱਗਿਆ ਸੀਗਾ ਔਰ ਜਿਹੜਾ ਟਾਈਮ ਬਚਿਆ ਸੀ ਉਹਦੇ ਵਿੱਚ ਆਪਾਂ ਇਨਵਰਟਰ ਮਾਉਂਟ ਕਰਕੇ ਔਰ ਵਾਇਰਿੰਗ ਕਰਤੀ ਸੀਗੀ ਔਰ ਪੈਨਲ ਜਿਹੜੇ ਸੀਗੇ ਉਹ ਅੱਜ ਮਾਉਂਟ ਕਰ ਰਹੇ ਆ 2 ਦਿਨ ਬਾਅਦ ਔਰ ਇਹ ਸਾਈਡ ਵੀ ਆਪਾਂ ਜਿਹੜੀ ਹੈ ਬਠਿੰਡੇ ਸ਼ਹਿਰ ਦੇ ਵਿੱਚ ਕੀਤੀ ਹੈ ਔਰ ਇਹ ਸਾਡੀ ਵਿद्युत ਸੋਲਰ ਦੇ ਨਾਮ ਤੇ ਜਿਹੜੀ ਫਰਮ ਹੈ ਢੀ ਬਠਿੰਡੇ ਦੀ ਆਫਿਸ ਹੈਗਾ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਔਰ ਇਹ ਸਾਡੇ ਨਾਲ ਕੋਆਪਰੇਟਿਵ ਸੁਸਾਇ ਚਲਦੇ ਆਪਾਂ ਸਾਰੇ ਮਿਲ ਕੇ ਕੰਮ ਕਰਦੇ ਆ ਮੈਂ ਤੁਹਾਨੂੰ ਦੱਸਿਆ ਸੀ ਸਾਡੇ ਆਫਿਸ ਆਲਰੇਡੀ ਅਮ੍ਰਿਤਸਰ ਜਲੰਧਰ ਬਟਾਲਾ ਡੇਰਾ ਬਾਬਾ ਨਾਨਕ ਸਾਰੇ ਜਗ੍ਹਾ ਆਪਾਂ ਆਫਿਸ ਰੱਖੇ ਹੋਏ ਆ ਔਰ ਕੰਟੈਕਟ ਦੇ ਵਿੱਚ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਆ ਸਾਰਾ ਟੀਮ ਵਰਕ ਹੈ ਸਾਡਾ ਇੱਕ ਇਹ ਐਕਚੁਅਲੀ ਡਿਡੇਮੀ ਆਫਿਸ ਨਹੀਂ ਸਾਡਾ ਇੱਕ ਆਪਾਂ ਸਟੱਡੀ ਕੀਤੀ ਸਾਰੇ ਫਰੈਂਡ ਨੇ ਔਰ ਮਿਲ ਕੇ ਸਾਰੇ ਕੰਮ ਕਰ ਰਹੇ ਹਾਂ ਕਿਉਂਕਿ ਇਹ ਸਾਡੀ ਇਕੱਠੇ ਸੀਗੇ ਫਰੈਂਡ ਜਿਹੜੇ ਆਪਾਂ ਇਹ ਸਾਰੇ ਕੰਮ ਕਰ ਰਹੇ ਆ ਔਰ ਇਹ ਦੇਖੋ AC wire ਜਿਹੜੀ DCBੋਂ ਨਿਕਲ ਕੇ ਸਿੱਧੀ ਹਾਊਸ ਵਾਇਰਿੰਗ ਦੇ ਨਾਲ ਜਾ ਕੇ ਅਟੈਚ ਹੋ ਰਹੀ ਹੈ ਜਿੱਥੇ ਸਾਡਾ ਕੀ ਮੀਟਰ ਲੱਗਣਾ ਹੈ। ਔਰ ਸਟਰਕਚਰ ਤੁਸੀਂ ਦੇਖ ਰਹੇ ਹੋ ਕਾਫੀ ਹਾਈਟ ਦੇ ਵਿੱਚ ਹੈ। ਔਰ ਇਹ 8 ਕਿਲੋਵਾਟ ਦੀ ਸਾਈਡ ਹੈਗੀ ਹੈ। ਇਹ 8 ਕਿਲੋਵਾਟ ਦਾ ਸਿਸਟਮ ਲੱਗ ਰਿਹਾ ਇੱਥੇ। ਇਹ ਜਿਹੜਾ ਪਹਿਲਾਂ ਤੁਸੀਂ ਦੇਖ ਰਹੇ ਹੋ ਹਾਈਟ ਦੇ ਵਿੱਚ ਜਿਹੜੇ ਸਟਰਕਚਰ ਲੱਗਾ ਸੀਗਾ ਤੇ ਪੈਨਲ ਲੱਗ ਰਹੇ ਨੇ। ਕਾਫੀ ਮੁਸ਼ਕਿਲ ਸੀਗੀ ਇਹ ਸਾਈਡ ਦੇ ਉੱਤੇ ਵੀ ਕੰਮ ਕਰਨਾ ਕਿਉਂਕਿ ਹਾਈਟ ਬਹੁਤ ਜ਼ਿਆਦਾ ਸੀ। ਔਰ ਸੈਕਿੰਡ ਜਿੱਦ ਨੇ ਪੈਨਲ ਪਾ ਰਹੇ ਸੀ ਉਹਦੋਂ ਹਵਾ ਵੀ ਬਹੁਤ ਜ਼ਿਆਦਾ ਸੀਗੀ। बारिश वाला थोड़ा मौसम सीगा हवा बहुत ज्यादा आ रही थी ਤੁਸੀਂ ਦੇਖੋ ਇਹ ਕੰਮ ਕਰਦੇ ਆ ਕਾफी ਹਵਾ ਦੇ ਵਿੱਚ ਮੁੰਡੇ ਜਿਹੜੇ ਆ ਉਹ ਖਲੋ ਕੇ ਕੰਮ ਕਰ ਰਹੇ ਆ ਔਰ ਇਹ ਦੋ ਸਟਰਕਚਰ ਲਗਾਏ ਆ ਅਲੱਗ-ਅਲੱਗ ਕਰਕੇ ਇੱਕ ਪਿੱਛੇ ਸਟਰਕਚਰ ਲੱਗਾ ਹੋਇਆ ਔਰ ਅੱਗੇ ਲੱਗਾ ਹੋਇਆ ਜਿਹੜੇ ਸਾਡੇ 12 ਪੈਨਲ ਪਿੱਛੇ ਲੱਗੇ ਹੋਏ ਨੇ ਔਰ 8 ਪੈਨਲ ਅੱਗੇ ਲੱਗੇ ਹੋਏ ਹਨ ਟੋਟਲ 20 ਪੈਨਲ ਲੱਗੇ ਹੋਏ ਹਨ 390 ਵਾਟ ਦੇ ਔਰ ਵਾਰੀ ਦਾ ਇਥੇ ਹੀ ਇਨਵਰਟਰ ਲੱਗਾ ਹੋਇਆ ਵਾਰੀ ਦਾ ਹੀ ਪੈਨਲ ਲੱਗ ਰਿਹਾ ਔਰ ਲਾਸਟ ਮੇਰੇ ਇੱਕ ਵੀਡੀਓ ਦੇ ਵਿੱਚ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀ ਕਿ ਸਰ ਤੁਸੀਂ ਵਿਦਆਊਟ ਸੇਫਟੀ ਜਿਹੜਾ ਕੰਮ ਕਰਦੇ ਹੋ ਹਾਂ ਮੈਨੂੰ ਕਾਫੀ ਲੋਕਾਂ ਨੇ ਕਮੈਂਟ ਕੀਤਾ ਕਿ ਤੁਸੀਂ ਜਿੰਨੇ ਵੀ ਹਾਈਟ ਚ ਸਟਰਕਚਰ ਕਰਦੇ ਹੋਰ ਜੇ ਸੇਫਟੀ ਨਹੀਂ ਯੂਜ਼ ਕਰਦੇ ਹਾਂ ਆਨ ਆਲੇ ਟਾਈਮ ਚ ਜ਼ਰੂਰ ਇਸ ਚੀਜ਼ ਦਾ ਖਿਆਲ ਰੱਖਿਆ ਜਾਏਗਾ ਕਿ ਸੇਫਟੀ ਬੈਲਟ ਨਾਲ ਲਗਾ ਕੇ ਕੰਮ ਕੀਤਾ ਜਾਏ ਵੈਸੇ ਜ਼ਿਆਦਾਤਰ ਕੋਸ਼ਿਸ਼ ਰਹਿੰਦੀ ਹੈ ਕਿ ਆਪਾਂ ਸੇਫਟੀ ਬੈਲਟ ਨਾਲ ਹੀ ਕੰਮ ਕਰੀਏ ਪਰ ਫਿਰ ਵੀ ਕਿਤੇ ਨਾ ਕਿਤੇ ਆਪਾਂ ਆਪਣੀ ਗਲਤੀ ਮੰਨਦੇ ਹਾਂ ਕਿ ਅਸੀਂ ਤੇ ਸੇਫਟੀ ਨਹੀਂ ਯੂਜ਼ ਕਰਦੇ ਆਉਣ ਵਾਲੀ ਵੀਡੀਓ ਚ ਜਰੂਰ ਸੇਫਟੀ ਦੇ ਨਾਲ ਕੰਮ ਕਰਾਂਗੇ ਉਹਦੇ ਲਈ ਮਾਫੀ ਚਾਹੁੰਦੇ ਆ ਕਿ ਜਿਹੜਾ ਤੁਸੀਂ ਸਾਡੇ ਵੀਰਾਂ ਨੂੰ ਸਾਡੀ ਚਿੰਤਾ ਜਿਹੜੇ ਕਮੈਂਟ ਕਰਕੇ ਕਹਿੰਦੇ ਕਿ ਤੁਸੀਂ ਸੇਫਟੀ ਨਾਲ ਕੰਮ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਵੀਰ ਜੀ ਜਿਨੇ ਹਰ ਵੀਡੀਓ ਨੂੰ ਦੇਖਦੇ ਹੋ ਔਰ ਹਰ ਵੀਡੀਓ ਤੇ ਕਮੈਂਟ ਕਰਕੇ ਸਾਨੂੰ ਦੱਸਦੇ ਹੋ ਕਿ ਸਾਡੀਆਂ ਕੀ ਕਮੀਆਂ ਰਹਿ ਜਾਂਦੀਆਂ ਨੇ ਆਪਾਂ ਜਰੂਰ ਉਹਨਾਂ ਨੂੰ ਇੰਪਰੂਵ ਕਰਾਂਗੇ ਕੰਮ ਵਾਈਜ਼ ਤੇ ਕੋਸ਼ਿਸ਼ ਕਰੀਦੀ ਕਿ ਨਾ ਹੀ ਕਮੀ ਰਹੇ ਪਰ ਸੇਫਟੀ ਲਈ ਜਰੂਰ ਹੀ ਕਮੀ ਰੱਖ ਜਾਂਦੇ ਆ ਚਲੋ ਨੈਕਸਟ ਟਾਈਮ ਵੀਡੀਓ ਦੇ ਵਿੱਚ ਜਰੂਰ ਖਿਆਲ ਰੱਖਾਂਗੇ ਕਿ ਸੇਫਟੀ ਨਾਲ ਹੀ ਕੰਮ ਕਰਿਆ ਜਾਏ ਔਰ ਆਪਣੇ ਪੈਨਲ ਲਾ ਕੇ ਤਿਆਰ ਹੋ ਚੁੱਕੇ ਨੇ ਵਾਇਰਿੰਗ ਚੱਲਦੀ ਪਈ ਹੈ ਆਲਮੋਸਟ ਵਾਇਰਿੰਗ ਦਾ ਵੀ ਫਾਈਨਲ ਟੱਚ ਦੇ ਉਤੇ ਹੀ ਕੰਮ ਆ ਪਾਇਆ ਬਾਕੀ ਵਾਇਰਿੰਗ ਤੇ ਆਪਾਂ ਪਹਿਲਾਂ ਕਰ ਚੁੱਕੇ ਸੀ ਕਿ ਵੀ ਡੀਸੀ ਵਾਇਰ ਰਹਿੰਦੀ ਸੀਗੀ ਆਪਣੀ ਹੋਣ ਵਾਲੀ ਉਹ ਡੀਸੀ ਵਾਇਰਿੰਗ ਵੀ ਕੰਪਲੀਟ ਹੋ ਰਹੀ ਹੈ ਔਰ ਜਿਹੜੇ ਵੀ ਸਾਡੇ ਮੈਨੂੰ ਕਾਫੀ ਵਾਰੀ ਕਈ ਚੀਜ਼ਾਂ ਦਾ ਕਮੈਂਟ ਆਉਂਦੇ ਕਿ ਸਰ ਤੁਸੀਂ ਪ੍ਰਾਈਸ ਨਹੀਂ ਦੱਸਦੇ ਸਰ ਐਕਚੁਅਲੀ ਪ੍ਰਾਈਸ ਦੱਸਣ ਦਾ ਕੀ ਇਸ਼ੂ ਹੁੰਦਾ ਹੈ ਕਿ ਹਰ ਸਾਈਡ ਟੂ ਸਾਈਡ ਪ੍ਰਾਈਸ ਡਿਫਰੈਂਟ ਹੁੰਦਾ ਹੈ ਕਿ ਇਸ ਜਗ੍ਹਾ ਤੇ ਸਾਈਡ ਤੇ ਕੋਈ ਪ੍ਰਾਈਸ ਹੁੰਦਾ ਕਿਸੇ ਸਾਈਡ ਦਾ ਕੋਈ ਪ੍ਰਾਈਸ ਹੁੰਦਾ ਪ੍ਰਾਈਸ ਲਈ ਤੁਸੀਂ ਹਮੇਸ਼ਾ ਮੇਰੇ WhatsApp ਨੰਬਰ ਤੇ ਤੁਸੀਂ ਜਾ ਕੇ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਰਹਿੰਦਾ ਹੈ ਤੁਸੀਂ ਜਾ ਕੇ ਉੱਥੋਂ ਮੇਰਾ ਨੰਬਰ ਲੈ ਕੇ ਮੈਨੂੰ ਪਰਸਨਲੀ ਚੈਟ ਕਰ ਸਕਦੇ ਹੋ ਔਰ ਪ੍ਰਾਈਸ ਮੈਂ ਸ਼ੇਅਰ ਕਰਦਾਗਾ ਪ੍ਰਾਈਸ ਵਾਈਜ਼ ਕੋਈ ਇਸ਼ੂ ਨਹੀਂ ਹੁੰਦਾ ਸਾਡਾ ਦੱਸਣਾ ਤੁਸੀਂ ਕਿਤੋਂ ਵੀ ਲਵਾ ਸਕਦੇ ਹੋ ਸਿਸਟਮ ਪ੍ਰਾਈਸ ਪਲੀਜ਼ WhatsApp ਤੇ ਹੀ ਮੇਰੇ ਨਾਲ ਗੱਲ ਕਰਿਆ ਕਰੋ WhatsApp ਤੇ ਮੈਂ ਤੁਹਾਨੂੰ ਰਿਪਲਾਈ ਕਰਦਾਗਾ ਉਹ ਲਾਸਟ ਬਰਟ ਸਾਡਾ ਹੈ ਕਿ ਐ ਲ अमाउंट ਹੋ ਰਿਹਾ ਸਾਡਾ ਵਾਈਰਿੰਗ ਤੁਹਾਨੂੰ ਪਹਿਲਾਂ ਦੱਸਿਆ ਕਿ ਆਲਮੋਸਟ ਕਰ ਚੁੱਕੇ ਹਾਂ ਇਹ ਐਲਈ ਦੀ ਵਾਇਰ ਛੱਡੀ ਹੋਈ ਹੈ ਜਿੰਨੀ ਵੀ ਅਰਥਿੰਗ ਵਾਇਰ ਯੂਜ਼ ਕਰਦੇ ਹਾਂ ਹੀ 6mm ਕਾਪਰ ਹੀ ਯੂਜ਼ ਕਰਦੇ ਹਾਂ ਮੈਂ ਬਹੁਤ ਸਾਰੇ ਵੀਡੀਓਜ਼ ਵਿੱਚ ਜ਼ਿਕਰ ਕਰਦਾ ਕਿ ਆਪਾਂ ਵਾਇਰ ਸਟੈਂਡਰਡ ਹੀ ਯੂਜ਼ ਕਰਦੇ ਹਾਂ ਜੋ ਗਵਰਨਮੈਂਟ ਅਥਾਰਟिटीज ਦੇ ਅਕੋਰਡਿੰਗ ਕੀਤਾ ਜਾਂਦਾ ਉਸੇ ਅਕੋਰਡਿੰਗ ਹੀ ਵਾਇਰ ਯੂਜ਼ ਕਰਦੇ ਹਾਂ ਵਾਇਰ ਨਾਲ ਕੋਈ ਕੰਪਰੋਮਾਈਜ਼ ਨਹੀਂ ਆਪਾਂ ਕਰਦੇ ਔਰ ਇਹ ਅਰਥਿੰਗ ਹੋ ਰਹੀ ਹੈ ਸਾਡੀ ਅਰਥਿੰਗ ਦੀ ਡਿਟੇਲ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਤੇ ਜਾ ਸਕਦੇ ਹੋ ਉੱਥੇ ਵੀਡੀਓ ਆਲਰੇਡੀ ਬਣੀ ਹੋਈ ਹੈ ਅਰਥਿੰਗ ਦੀ ਉੱਚੇ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਚੈਨਲ ਤੇ ਅਗਰ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਇਸ ਚੈਨਲ ਤੇ ਇਸੇ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਹਮੇਸ਼ਾ ਆਪਾਂ ਦਿਖਾਉਂਦੇ ਰਾਵਾਂਗੇ ਸਤਿ ਸ੍ਰੀ ਅਕਾਲ ਜੀ